ਸ੍ਰੀ ਗਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰ ਹਾਂ ਭਾਰਤ ਨਾਲ ਜੁੜੀਆਂ ਵੱਡੀਆਂ ਤੇ ਖਾਸ ਖਬਰਾਂ ਇਨਿਸਪੀਟਨੇਸ ਸਪੌਂਸਰਪਾਈ ਸ਼ਰਾਤਾ ਮਿਡਿੰਗ ਕੈਨੇਡਾ ਐਂਡ ਸਟਾਰਗੇਟ ਲ logistics 42 ਦਿਨਾਂ ਬਾਅਦ ਡਿਊਟੀ ਤੇ ਪਰਤੇ ਜੂਨੀਅਰ ਡਾਕਟਰ ਪ੍ਰਧਾਨ ਮੰਤਰੀ ਦਾ ਅਮਰੀਕਾ ਪੁੱਜਣ ਤੇ ਕੀਤਾ ਗਿਆ ਨਿਕਾ ਸਵਾਗਤ ਰਾਹੁਲ ਗਾਂਧੀ ਵੱਲੋਂ ਸਿੱਖਾਂਵਾਰੀ ਦਿੱਤੇ ਬਿਆਨ ਦੇ ਰੂਸ ਵਜੋਂ ਮੰਤਰੀ ਨੂੰ ਮੰਗ ਪੱਤਰ ਸੌਪਿਆ ਆਤੀਸ਼ ਨੇ ਚੁੱਕੀ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਸੌਂਗ ਮਨੀਪੁਰ ਚ ਬੰਦ ਕਾਰਨ ਜਨ ਜੀਵਨ ਪ੍ਰਭਾਵਿਤ ਜੁਨੀ ਡਾਕਟਰਾਂ ਦਾ ਵੱਡਾ ਖਲਾਸਾ ਅੱਜ ਕਰ ਹਸਪਤਾਲ ਹੀ ਖਰੀਦੀਆਂ ਜਾਂਦੀਆਂ ਸੀ ਘਟੀਆਂ ਦਵਾਈਆਂ ਦਿੱਲੀ ਸਣੀ ਸਾਤ ਹਾਈ ਕੋਰਟਾਂ ਦੇ ਚੀਫ ਜਸਟਿਸ ਨਿਯੁਕਤ ਆਰਟੀਆਈ ਤਹਿਤ ਜਾਣਕਾਰੀ ਦੇਣ ਤੋਂ ਸੇਬੀ ਦਾ ਇਨਕਾਰ ਪੂਰਬੀ ਚੰਪਾਰਨ ਚ ਸਵੇਰੀ ਸਵੇਰੀ ਗੋਲੀਬਾਰੀ ਲੜਕੀ ਦੀ ਮੌਤ ਸਿੱਖਾਂ ਬਾਰੇ ਦਿੱਤੇ ਬਿਆਨ ਤੇ ਰਾਹੁਲ ਗਾਂਧੀ ਕਾਇਮ ਹੁਣ ਖਬਰਾਂ ਵਿਸਥਾਰ ਨਾਲ ਲਖਮੀ ਬੰਗਾਲ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਜੂਨੀਅਰ ਡਾਕਟਰ 42 ਦਿਨ ਬਾਅਦ ਸਵੇਰੇ ਕੰਮਾਂ ਤੇ ਪਹੁੰਚਾਈ ਹੈ ਟ੍ਰੇਨੀ ਡਾਕਟਰਾਂ ਨਾਲ ਜਬਰਜਨਾਹ ਮਗਰੋਂ ਹਤਿਆ ਦੇ ਰੂਪ ਸਵਜੋ ਤਰਨੇ ਤੇ ਬਾਠੇ ਡਾਕਟਰਾਂ ਨੇ ਸਾਰੇ ਸਰਕਾਰੀ ਹਸਪਤਾਲਾਂ 'ਚ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਓਪੀਡੀ 'ਚ ਅਜੇ ਵੀ ਕੰਮ ਸ਼ੁਰੂ ਨਹੀਂ ਕੀਤਾ ਹੈ ਇਸੇ ਦੌਰਾਨ ਸੀਬੀਆਈ ਦੇ ਅਧਿਕਾਰੀਆਂ ਨੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਦੇ ਤਹਿਤ ਨੇੜਲੇ ਉਹ ਡਾਕਟਰ ਅਭਿਰੁਪਖਸ਼ ਵਿਸਵਾਸੋ ਪੁਛਪੜਤਾੜ ਸ਼ੁਰੂ ਕੀਤੀ ਹੈ ਜੁਜੇ ਪਾਸੇ ਘਟਨਾ ਦੀ ਰੋਸ ਵਜੋਂ 올 ਇੰਡੀਆ ਕਿਸਾਨ ਸਭਾ ਤੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਨੇ ਕੋਲਕਾਤਾ ਚ ਰੈਲੀਆ ਕੀਤੀਆਂ ਅਮਰੀਕਾ ਦੇ ਤਿੰਨ ਰੋਜ਼ਾਦਾਰੀ ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤੀ ਭਾਈਚਾਰੇ ਨੇ ਨਿਗਾ ਸਵਾਗਤ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਸ਼ੀਦਾ ਨਾਲ ਕੁਆਡ ਸਿਖਰ ਸੰਮੇਲਨ ਛੇਸਾ ਲੈਣਗੇ। ਇਹਦੇ ਤੋਂ ਇਲਾਵਾ ਸਿਕਤਰਾਸ਼ਟਰ ਦੇ ਅਹਿਮ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ ਅਮਰੀਕੀ ਯਾਤਰੀ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਆਡ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਤੇ ਧਿਆਨ ਕੇਂਦ੍ਰਿਤ ਵਾਲੀ ਸਮਾਣ ਵਿਚਾਰਧਾਰਾ ਵਾਲੇ ਅਹਿਮ ਮੰਚ 'ਤੇ ਜੋ ਉبرਿਆ ਹਵਾਈ ਅੱਡੇ ਤੇ ਮੋਦੀ ਨੇ ਪਰਵਾਸੀ ਭਾਈਚਾਰਿਆਂ ਨਾਲ ਗੱਲਬਾਤ ਕੀਤੀ ਹੈ ਤੇ ਵੱਡੀ ਗਿਣਤੀ ਲੋਕਾਂ ਦੇ ਉਹਨਾਂ ਨਾਲ ਸੈਲਫੀਆਂ ਵੀ ਲਈਆਂ ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਕ્વાਰਟਸਿਕਰ ਤੋਂ ਮਿਲਣ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਦੋਅਲੀ ਮੀਟਿੰਗ ਤੇ ਧਿਆਨ ਕੇਂਦਰਿਤ ਕੀਤਾ ਹੋਇਆ ਉਹਨਾਂ ਮੀਟਿੰਗ ਦੌਰਾਨ ਹਾਲੀ ਮਸਲਿਆਂ ਦੇ ਹਾਲ ਬਾਰੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਹੈ ਮੋਦੀ ਨੇ ਦੱਸਿਆ ਕਿ ਪਲਕੇ ਰਾਤ 9:30 ਵਜੇ ਦੇ ਕਰੀਬ ਉਹ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮંત્રી ਨੇ ਕਿਹਾ ਕਿ ਭਾਰਤੀ ਭਾਈਚਾਰੇ ਨੇ ਅਮਰੀਕਾ 'ਚ ਖੁਦ ਨੂੰ ਸਾਬਿਤ ਕੀਤਾ ਜਿਸ ਦੇ ਨਾਲ ਵੱਖ-ਵੱਖ ਖੇਤਰਾਂ ਵਿੱਚ ਹਾਂ ਪੱਕੀ ਅਸਰ ਪਿਆ ਨਾ ਕਿ ਕੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਚਾਹੁੰਦੇ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਹੋਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਪਟਨਾ ਸਾਹਿਬ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਹਜੂਰ ਸਾਹਿਬ ਪ੍ਰਬੰਧਕ ਕਮੇਟੀ ਤੋਂ ਇਲਾਵਾ ਕੋਲਕਾਤਾ ਇੰਦੌਰ ਲਖਨਊ ਹైదరాబాద్ ਤੇ ਝਾਰਖੰਡ ਸਮੇਤ ਵੱਖ-ਵੱਖ ਥਾਵਾਂ ਤੋਂ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਦੇ ਵਫਦ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਤੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਗਵਾਹੀ ਹੇਠ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨਾਲ ਮੁਲਾਕਾਤ ਕੀਤੀ ਹੈ ਤੇ ਹਾਲੀ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਅਮਰੀਕਾ ਜੋ ਸਿੱਖਾਂ ਦੇ ਭਾਤ ਵਿੱਚ ਸੁਰੱਖਿਤ ਨਾ ਹੋਣ ਸਬੰਧੀ ਦਿੱਤੇ ਬਿਆਨ ਸਮੇਤ ਮੰਗ ਪੱਤਰ ਸੌਂਪਿਆ ਹੈ ਵਫਦ ਨੇ ਮੰਤਰੀ ਨੂੰ ਦੱਸਿਆ ਹੈ ਕਿ ਸਿੱਖਾਂ ਨੇ ਆਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਸਮੇਤ ਵੱਖ-ਵੱਖ ਖੇਤਰਾਂ 'ਚ ਵੱਡਮੁੱਲਾ ਯੋਗਦਾਨ ਪਾਇਆ ਪਰ ਨਕਿਆ ਕਿ ਰਾਹੁਲ ਗਾਂਧੀ ਨੇ ਜੋ ਬਿਆਨ ਸਿੱਖਾਂ ਬਾਰੇ ਦਿੱਤਾ ਉਹਨਾਂ ਦਾ ਮਕਸਦ ਦੇਸ਼ 'ਚ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰਨਾ ਹੈ ਅਨਮੰਨ ਕੀਤੀ ਹੈ ਕਿ ਰਾਹੁਲ ਗਾਂਧੀ ਦੇ ਇਸ ਗੈਰ ਜ਼ਿੰਮੇਵਾਰਨਾ ਬਿਆਨ ਦਾ ਗੰਭੀਰ ਨੋਟਿਸ ਲਿਆ ਜਾਵੇ ਤੇ ਇਸ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਫ਼ਦ ਨੇ ਮੰਤਰੀ ਨੂੰ ਦੱਸਿਆ ਹੈ ਕਿ ਦੇਸ਼ ਵਿੱਚ ਆਖੋਖ ਥਾਵਾਂ ਤੇ ਸਿੱਖਿਆ ਕੇਂਦਰਾਂ ਦੇ ਬਾਹਰ ਹਵਾਈ ਅੱਡਿਆਂ ਤੇ ਮੈਟਰੋ ਰੇਲ ਗੱਡੀਆਂ ਵਿੱਚ ਤੇ ਹੋਰ ਜਨਤਕ ਥਾਵਾਂ ਤੇ ਸਿੱਖ ਪਾਈਚਾਰੇ ਦੇ ਮੈਂਬਰਾਂ ਨਾਲ ਪੰਜ ਕਰਾਰਾ ਨੂੰ ਲੈ ਕੇ ਮਨਪਾਗੀਏ ਘਟਨਾਵਾਂ ਸਾਹਮਣੇ ਹੁੰਦੀਆਂ ਇਸ ਲਈ ਗ੍ਰਹਿ ਮੰਤਰਾਲਾ ਦਿਸ਼ਾ ਨਿਰਦੇਸ਼ ਜਾਰੀ ਕਰੇ ਮੰਤਰੀ ਨੇ ਵਫ਼ਦ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ ਆਪ ਦੀ ਸੀਨੀਅਰ ਆਗੂ ਆਤੀਸ਼ੀ ਨੇ ਦਿੱਲੀ ਦੀ 8ਵੀਂ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਹੈ ਉਪ ਰਾਜਪਾਲ ਵੀਕੇ ਸਖਸੈਨਾ ਨੇ ਆਤੀਸ਼ੀ ਨੂੰ ਅਹੁਦੇ ਦਾ ਪੇਧਕ ਉਤਰੱਖਣ ਦੀ ਸਹੁੰ ਚੁਕਾਈ ਹੈ ਜੋ ਹੁਣ ਕਾਂਗਰਸ ਦੀ ਸ਼ੀਲਾ ਦਿਖਸ਼ਿਤ ਤੇ ਪਾਜਪਾ ਦੀ ਸ਼ਿਸ਼ਮਾ ਸਵਰਾਜ ਮਗਰੋ ਦਿੱਲੀ ਦੀ ਤੀਜੀ ਮੈਲਾ ਮੁੱਖ ਮੰਤਰੀ ਬਣ ਗਈ ਹੈ ਆਤੀਸ਼ੀ ਦੇ ਨਾਲ ਹੀ ਆਪ ਦੇ ਪੰਜ ਆਗੂਆਂ ਨੇ ਮੰਤਰੀ ਵਜੋਂ ਹਲਫ ਲਿਆ ਮੰਤਰੀ ਵਜੋਂ ਸਭ ਤੋਂ ਪਹਿਲਾਂ ਸੌਰਵ ਭਾਰਦਵਾਜ ਨੇ ਸਹੁੰ ਚੁਕੀ ਹੈ ਇਸ ਤੋਂ ਮਗਰੋਂ ਗੋਪਾਲ ਰਾਏ ਕੇਲਾਸ਼ ਗਹਿਲੌਤ राज हुसैन ਤੇ मुकेश अहलावत ਨੇ ਹਲਫ ਲਿਆ अहलावत ਦਿੱਲੀ ਕੈਬਨਿਟ ਚ ਪਹਿਲੀ ਵਾਰ ਸ਼ਾਮਲ ਹੋਏ ਆ ਰਾਜ ਨਿਵਾਸ ਤੇ ਹੋਏ ਹਲਫਦਾਰੀ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਆਪ ਕਨਵੀਨਰ ਵਿੰਕੇ ਜੀਵਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ 소ਗਿਆ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲਾ ਵਿਜਿੰਦਰ ਗੁਪਤਾ ਕੇਂਦਰੀ ਰਾਜ ਮੰਤਰੀ ਸੰਜੇ ਰੋੜਾ ਤੇ ਭਾਜਪਾ ਦੇ ਸੰਸਦ ਮੈਂਬਰ ਹਾਜ਼ਰ ਰਹੀ ਸੀ ਮਨੀਪੁਰ ਵਿੱਚ ਜੋ ਦੈਸ਼ਤੀ ਸਮੂਹ ਵੱਲੋਂ ਦਿੱਤੇ ਗਏ 18 ਘੰਟੇ ਦੇ ਬੰਦ ਦੇ ਸਬਧਕਾਰ ਨੇ ਹਫਾਲ ਕਾਟੀ ਦੇ ਜ਼ਿਲ੍ਹੇ ਵਿੱਚ ਆਮ ਜਨ ਜੀ ਨੂੰ ਪ੍ਰਭਾਵਿਤ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਸ਼ੁਦਾ ਦੈਸ਼ਤੀ ਸੰਗਠਨ ਨੈਸ਼ਨਲ ਰੈਵੋਲਿਊਸ਼ਨਰੀ ਫਰੰਟ ਆਫ ਮਨੀਪੁਰ ਵੱਲੋਂ ਦਿੱਤੇ ਗਏ ਬੰਦ ਦੇ ਸਬਧਕਾਰਨ ਕਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਬਾਜ਼ਾਰ, ਦੁਕਾਨਾਂ ਤੇ ਬੈਂਕ ਬੰਦ ਰਹੀ ਹੈ। ਸੜਕਾਂ ਤੇ ਆਵਾਜਾਈ ਵੀ ਨਾ ਮਤਰੀ ਰਹੀ ਹੈ। ਉਹਨਾਂ ਦੱਸਿਆ ਕਿ ਸੜਕਾਂ ਤੇ ਕੁਝ ਨਿੱਜੀ ਵਾਹਨ ਨਜ਼ਰ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਨੂੰ ਬੰਦ ਦੇ ਤਾਰੇ ਤੋਂ ਵਾਰਕਿਆ ਗਿਆ ਜ਼ੁਰਾਡ ਮਨੀਪੁਰ ਦੇ ਚਿਰਾ ਚਾਂਦਪੁਰ ਵਿੱਚ ਪੁਲਿਸ ਨੇ ਗੋਲਾ ਬਾਰੂ ਤੇ ਰਾਕਟ ਵਰਗੇ ਹਥਿਆਰ ਬਰਾਮਦ ਕੀਤੇ ਹੈ ਪੁਲਿਸ ਨੇ ਕਬਜ ਗਿਆ ਕਿ ਸਮੂਲ ਲਮਨਨ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਬਰਾਮਦ ਕੀਤੇ ਗਏ ਹੈ ਅਜੀਕਰੇ ਹਸਪਤਾਲ ਦੇ ਕੁਝ ਜੂਨੀਅਰ ਡਾਕਟਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਗੋਸ਼ ਦੇ ਕਾਰਜਕਾਲ ਦੌਰਾਨ ਕੱਟਿਆ ਕੁਆਲਿਟੀ ਦੀਆਂ ਦਵਾਈਆਂ ਖਰੀਦੀਆਂ ਗਈਆਂ ਤੇ ਇਸ ਰਾਹੀਂ ਕਰੋੜਾਂ ਰੁਪਏ ਦੀ ਨਾਜਾਇਜ਼ ਕਮਾਈ ਕੀਤੀ ਗਈ ਹੈ ਡਾਕਟਰਾਂ ਨੇ ਸ਼ਿਕਾਇਤ ਹੈ ਕਿ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਘੱਟ ਗੁਣਵੱਤਾ ਵਾਲੇ ਐਂਟੀਬਾਇਓਟਿਕਸ ਦੇ ਕੰਮ ਨਾ ਕਰਨ ਕਾਰਨ ਹੋਈ ਹੈ ਜਦੋਂ ਉਹਨਾਂ ਨੇ ਇਸ ਦੀ ਸ਼ਿਕਾਇਤ ਸੰਦੀਪ ਗੋਸ਼ ਨੂੰ ਕੀਤੀ ਹੈ ਤਾਂ ਉਸ ਨੂੰ ਇਮਤਿਹਾਨ ਵਿੱਚ ਫੇਲ ਕਰਨ ਤੇ ਫੋਨ ਤੇ ਮੁਖ ਖੋਲਣ ਤੇ ਜਾਨੂ ਮਾਰਨ ਦੀਆਂ ਧਮਕੀਆਂ ਦੇਰੇਆ ਜੁਨੀ ਡਾਕਟਰ ਨੇ ਇਸ ਦੀ ਸ਼ਿਕਾਇਤ ਸਿਵ ਵਿਭਾਗ ਨੂੰ ਕੀਤੀ ਸੀ ਹਾਲਾਂਕਿ ਸੇਤ ਸਕਤ ਨਾਰਾਇਣ ਸਰੂਪ ਨਿਗਮ ਦਾ ਕਹਨ ਹੈ ਕਿ ਜਦੋਂ ਵੀ ਅਜਿਹੀਆਂ ਸ਼ਿਕਾਇਤਾਂ ਆਈਆਂ ਤਾਂ ਸਬੰਧਤ ਦਵਾਈਆਂ ਦੀ ਜਾਂਚ ਕੀਤੀ ਗਈ ਹੈ ਪਰ ਕੋਈ ਝੂਠੀ ਰਿਪੋਰਟ ਨਹੀਂ ਮਿਲੀ ਸੀਬੇ ਸੁਤਰਾ ਦੇ ਅਨੁਸਾਰ ਤਲਾਸ਼ੀ ਦੌਰਾਨ ਸੰਦੀਪ ਕੋਸ਼ ਦੇ ਘਰੋਂ ਆਜੀ ਆਇ ਇਤਿਹਾਸੀਰ ਦੀ 288 ਪੰਨਿਆਂ ਦੀ ਕਾਪੀ ਵੀ ਮਿਲੀ ਹੈ 730 ਪੰਨਿਆਂ ਦੇ ਟੈਂਡਰ ਦਸਤਾਵੇਜ਼ ਵੀ ਮਿਲੇ ਸੰਦੀਪ ਕੋਸ਼ ਖਿਲਾਫ ਬਣਾਈ ਗਈ ਜਾਂਚ ਕਮੇਟੀ ਦੀ 510 ਪੰਨਿਆਂ ਦੀ ਗੁਪਤ ਰਿਪੋਰਟ ਵੀ ਉਹਨਾਂ ਦੇ ਘਰੋਂ ਮਿਲੀ ਹੈ ਸੀਬੀਆਈ ਜਾਂਚ ਕਰ ਰਹੀ ਹੈ ਦਾ ਸਾਬੇ ਸੰਦੀਪ ਕੋਸ਼ ਦੇ ਘਰ ਕਿਵੇਂ ਪਹੁੰਚਿਆ ਸੰਦੀਪ ਕੋਸ਼ ਨੇ ਸਰਕਾਰੀ ਈ ਚੰਡਰ ਸੰਬੰਧੀਤਾ ਆਲਾ ਥਾਣੀ ਦੇ ਸਾਬਕਾ ਇੰਚਾਰਜ ਅਭਿਜੀਤ ਮੰਡਲ ਨੂੰ ਪੱਤਰ ਭੇਜਿਆ ਸੀ ਕਿ ਇਹ ਜਾਂਚ ਏਜੰਸੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੰਡਲ ਨੂੰ ਇਹ ਟੈਂਡਰ ਪੱਤਰ ਕਿਉਂ ਦਿੱਤਾ ਗਿਆ ਅੱਜ ਕਹਾ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਛਲੀ ਨੇ ਨਜ਼ਦੀਕੀ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਅਭੇਕ ਨੇ ਆਤੇ ਉਹਨਾਂ ਦੇ ਸਾਥੀ ਜੂਨੀਅਰ ਡਾਕਟਰ ਵਿਸ਼ਵਾ ਸਰਕਾਰ ਅਤੇ 우ਮਰ farooq ਤੇ ਵਰਤਮਾਨ ਮੈਡੀਕਲ ਕਾਲਜ ਦੇ ਗੈਸਟ ਹਾਊਸ ਰਾਤ ਪਰਸ਼ਾਪ ਦੀ ਪਾਰਟੀ ਦਾ ਦੋਸ਼ ਲਗਾਇਆ ਉੱਥੇ ਮੈਡੀਕਲ ਦੇ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਕਥਿਤ ਤੌਰ ਤੇ ਜ ਦਾ ਸਥਿਤੀ ਰਾਵ ਦੇ ਹੋਟਲ ਤੋਂ ਬੁਲਾਇਆ ਜਾਂਦਾ ਤੇ ਖਾਣਾ ਤੇ ਸ਼ਰਾਬ ਪ੍ਰੋਫੈਸ਼ਨਲ ਲਈ ਵੀ ਕਿਹਾ ਜਾਂਦਾ ਹੈ ਇਹ ਨਹੀਂ ਨਹੀਂ ਅਜਹੀਆਂ ਕਈ ਲਿਖਤੀ ਸ਼ਿਕਾਇਤਾਂ ਹਸਪਤਾਲ ਦੇ ਸਖਿਆਰਥੀ ਡਾਕਟਰਾਂ ਵੱਲੋਂ ਸਿੱਧ ਵਿਭਾਗ ਦੀ ਚਾਰ ਮੈਂਬਰੀ ਕਮੇਟੀ ਨੂੰ ਕੀਤੀਆਂ ਗਈਆਂ ਹੈ ਕਮੇਟੀ ਮੌਤਲ ਜੂਨੀਅਰ ਡਾਕਟਰ ਆਭੇਕ ਤੇ ਲੱਗੇ ਪ੍ਰਸ਼ੋਚਾਤ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਆ ਆਭੇਕ ਤੇ ਪ੍ਰਸ਼ੋਚਾਤ ਤੱਕੇ ਸਾਹਿਬ ਜਬਰੀ ਵਸੂਲੀ ਤੰਗਿਆ ਸਮੇਤ ਕਈ ਦੋਸ਼ ਆਇਦ ਕੀਤੇ ਗਏ ਹੈ ਦਿੱਲੀ ਸਮੇਤ 7 ਹਾਈ ਕੋਰਟਾਂ ਦੇ ਚੀਫ ਜਸਟਿਸ ਨਿਯੁਕਤ ਕੀਤੇ ਗਏ ਆ ਇਹ ਨਿਯੁਕਤੀਆਂ ਸੁਪਰੀਮ ਕੋਰਟ ਕੌਲਜੀਓ ਵੱਲੋਂ ਮੰਗਲਵਾਰ ਨੂੰ 11 ਜੁਲਾਈ ਦੀਆਂ ਕੁਝ ਸਿਫਾਰਿਸ਼ਾਂ ਵਿੱਚ ਸੋਧ ਕੀਤੀ ਜਾਣ ਮਗਰੋਂ ਕੀਤੀਆਂ ਗਈਆਂ ਦਿੱਲੀ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਮਨਮੋਹਨ ਨੂੰ ਚੀਫ ਜਸਟਿਸ ਬਣਾਇਆ ਗਿਆ ਜਦੋਂ ਕਿ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਰਾਜੀਵ ਸ਼ਗਰਦਾਰ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਤਰੱਕੀ ਦਿੱਤੀ ਗਈ ਸਿਧਰਾ ਬਾਮੀ ਹਾਈ ਕੋਰਟ ਦੇ ਜੱਜ ਜਸਟਿਸ ਨਿਤਿਨ ਮਧੂਕਰ ਜਮਾਦਾਰ ਅਤੇ ਜਸਟਿਸ ਕੇ ਆਰ ਸ਼੍ਰੀਰਾਮ ਨੂ ਕਰਮਵਾਰ ਕੇਰਲਾ ਹਾਈ ਕੋਰਟ ਅਤੇ ਮ드ਰਾਸ ਹਾਈ ਕੋਰਟ ਦੇ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਕਲਕੱਤਾ ਹਾਈ ਕੋਰਟ ਦੇ ਜੱਜ ਜਸਿਸ ਇੰਦਰਾ ਪਰਸਨਾ ਮੁਖਰਜੀ ਨੂੰ ਮਿਗਾਲਿਆ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਜੰਮੂ ਕਸ਼ਮੀਰ ਅਤੇ ਲਦਾਖ ਹਾਈ ਕੋਰਟ ਦੇ ਜਸਿਸ ਤਾਸ਼ੀ ਨੂੰ ਇਸੇ ਅਦਾਲਤ ਦੇ ਚੀਫ ਜਸਟਿਸ ਲਾਇਆ ਗਿਆ ਦਿੱਲੀ ਹਾਈ ਕੋਰਟ ਦੇ ਜੱਜ ਜਸਿਸ ਸੁਰੇਸ਼ ਕੁਮਾਰ ਕੈਪ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਤਰੱਕੀ ਦਿੱਤੀ ਗਈ ਹੈ ਕਾਂਗਰਸ ਨੇ ਉਹਨਾਂ ਮਾਮਲਿਆਂ ਦਾ ਖਲਾਸਾ ਕਰਨ ਤੋਂ ਸੀਬੀ ਵੱਲੋਂ ਇਨਕਾਰ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ ਜਿੱਨਾਂ ਚ ਇਸ ਦੀ ਚੇਅਰਪਰਸਨ ਮਾਥਵੀ ਬੋਚਪੁਰੀ ਨੇ ਹਿੱਤਾਂ ਦੇ ਟਕਰਾਅ ਕਾਰਨ ਖੁਦ ਨੂੰ ਜਾਂਚ ਤੋਂ ਵਾਕਾ ਲਿਆ ਹੈ ਕਾਂਗਰਸ ਨੇ ਕਿਹਾ ਕਿ ਮਾਮਲਿਆਂ ਦਾ ਖਲਾਸਾ ਕਰਨ ਤੋਂ ਇਨਕਾਰ ਕਰਨਾ ਜਨਤਕ ਜਵਾਬਦੇਹੀ ਤੇ ਪਰਦਾਫਾਸ਼ ਦਾ ਮਜ਼ਾਕ ਹੈ ਪਰਦਾਫਾਸ਼ ਲਈ ਕੰਮ ਕਰ ਰੇ ਕੋਮਟੋਰ ਲੁਕੇਸ਼ ਬਤਰਾ ਵੱਲੋਂ ਦਾਖਲ ਆਈ ਆਈ ਅਰਜੀ ਦੇ ਜਵਾਬ ਚ ਸੇਬੀ ਨੇ ਕਿਹਾ ਸੀ ਕਿ ਉਹਨਾਂ ਤੇ ਉਹਨਾਂ ਦੇ ਪਰਿਵਾਰ ਕੋਲ ਮੌਜੂਦ ਵਿੱਤੀ ਜਾਇਦਾਦਾਂ ਤੇ ਸ਼ੇਰਾਂ ਬਾਰੇ ਵੱਲੋਂ ਸਰਕਾਰ ਇਸੇ ਵੀ ਵੋਟ ਨੂੰ ਦਿੱਤੀ ਗਈ ਜਾਣਕਾਰੀ ਤੀਆਂ ਕਾਪੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਕਾਂਗਰਸ ਦੇ ਜਰਨਲਿਸਟ ਜਾਰਾਮ ਰਮੇਸ਼ ਨੇ ਕਿਹਾ ਕਿ ਹੁਣ ਇਸ ਸਾਜਾ ਮਾਮਲੇ ਨੇ ਬਲਦੀ ਤੇ ਤੇਲ ਪਾਉਂਦਾ ਕੰਮ ਕੀਤਾ ਉਹਨੇ ਕਿਹਾ ਕਿ ਸੀਬੀ ਦਾਇ ਕਦਮ ਜਵਾਬਦੇਹੀ ਤੇ ਪਾਰਦਰਸ਼ਤਾ ਦਾ ਮਜ਼ਾਕ ਹੈ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਮਧੂਪਨ थाना ਖੇਤਰ ਦੇ ਬਾਂਗੀ ਪਿੰਡ ਵਿੱਚ ਸਵੇਰੀ ਕਰੀਬ 7:30 ਵਜੇ ਦੋ ਵੱਡੇ ਦਾਰਾ ਵਿੱਚਕਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਹਿੰਸਕ ਝਗੜੇ ਵਿੱਚ ਇੱਕ ਲੜਕੀ ਦੀ ਗੋਲੀ ਲੱਗ ਨਾਲ ਮੌਤ ਹੋ ਗਈ ਹੈ। ਅਦੇ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹੈ। ਪੁਲਿਸ ਨੇ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਥਾਣਾ ਪੱਕੀਦਿਆਲ ਦੇ ਉਪ ਪੁਲਿਸ ਕਪਤਾਨ ਦੀ ਗਵਾਹੀ ਹੇਠ ਪੁਲਿਸ ਟੀਮ ਨੇ ਵਾਕਿਤੀ ਡਿਲੀ ਲਾਇ ਹੋਏ ਦੱਸਿਆ ਜਾ ਰਿਹਾ ਹੈ ਕਿ ਰਾਮਜੀ, ਪਗਤ ਤੇ ਪ੍ਰੇਮ ਪਗਤ ਵਿਚਕਾਰ ਕਾਫੀ ਸਮੇ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਇਹਨੂੰ ਲੈ ਕੇ ਸਵੇਰੇ ਦੋਹਾਂ ਧਿਰਾਂ ਦੇ ਲੋਕ ਆਪਸੋ ਸਾਹਮਣੇ ਹੋਏ ਹੈ ਦੋਹਾਂ ਧਿਰਾਂ ਵਿੱਚ ਲੜਾਈ ਸ਼ੁਰੂ ਹੋਈ ਹੈ ਤਿਸਾਰ 11 ਵਰਤੋਂ ਹੋ ਲੱਗੇ ਜ਼ਦरांत ਗੋਲੀਬਾਰੀ ਵੀ ਸ਼ੁਰੂ ਹੋਈ ਹੈ ਇਸ ਦੌਰਾਨ ਗੋਲੀਬਾਰੀ ਸ਼ੁਰੂ ਹੋਈ ਹੈ ਸਾਰੇ ਜ਼ਖਮੀਆਂ ਨੂੰ ਨੇੜਲੇ ਸਿਹਤ ਕੇਂਦਰ ਲੈ ਜਾਇਆ ਗਿਆ ਪੁਲਿਸ ਸੁਪਰਡੈਂਟ ਸੋਰਨ ਪ੍ਰਭਾਤ ਨੇ ਦੱਸਿਆ ਕਿ ਪਾਕੜੀ ਵਿਧਾਲ ਦੇ ਉਪ ਪੁਲਿਸ ਕਪਤਾਨ ਮਕੇ ਤੇ ਤੈਰਾਸੀ ਪੁਲਿਸ ਟੀਮ ਕਰਤਾਨ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਭਾਲ ਕਰ ਰਹੀ ਹੈ ਤੇ ਲੋਕਾਂ ਨੂੰ ਤੁਰੰਤ ਹਿਰਾਸਤ ਚ ਲੈ ਲਿਆ ਗਿਆ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਟੀਮ ਵੱਲੋਂ ਪਿੰਡ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਕੈਂਪ ਲਗਾਇਆ ਜਾ ਰਿ Yeah. ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਸਿੱਖਾਂ ਤੇ ਦਿੱਤੇ ਬਿਆਨ ਤੇ ਪਹਿਲੀ ਵਾਰ ਸਪਸ਼ਟ ਕਰੰ ਦਿੱਤਾ ਹੈ ਅਮਰੀਕਾ ਵਿੱਚੋਂ ਆਪਣੀ ਹਾਲੀਆ ਬਿਆਨਾਂ ਤੇ ਗੱਲ ਕਰਦੇ ਹੋਏ ਰਾਹੁਲ ਨੇ ਭਾਜਪਾ ਤੇ ਝੂਠ ਫੈਲਾਉਣ ਦਾ ਦੋਸ਼ ਲਾਇਆ ਭਾਜਪਾ ਤੇ ਝੁਟਕੀ ਲੰਨਿਆ ਰਾਹੁਲ ਨੇ ਸਿੱਖਾਂ ਨੂੰ ਪੁੱਛਿਆ ਕਿ ਕੀ ਉਹਨਾਂ ਦੀ ਗੱਲ 'ਚ ਕੁਝ ਗਲਤ ਹੈ ਕਿ ਕੀ ਭਾਰਤ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਭਾਰਤੀ ਬਿਨਾ ਕਿਸੇ ਡਰ ਦੇ ਆਪਣੇ ਧਰਮ ਦਾ ਪਾਲਣ ਕਰ ਸਕੇ ਸਾਬਕਾ ਕਾਂਗਰਸਪਰ ਦਾਰ ਨੇ ਕਿਹਾ ਹੈ ਕਿ ਭਾਜਪਾ ਉਹਨਾਂ ਨੂੰ ਚੁੱਪ ਕਰਵਾਉਣ ਲਈ ਬੇਤਾਬ ਹੈ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਆਪਣੇ ਬਿਆਨ ਨੇ ਇੱਕ ਛੋਟੀ ਕਲਿੱਪ ਵੀ ਸਾਂਝੀ ਕੀਤੀ ਜਿਹਦੇ ਵਿੱਚ ਉਹ ਇੱਕ ਸਿੱਖ ਵਿਅਕਤੀ ਦਾ ਜ਼ਿਕਰ ਕਰਦੇ ਨਜ਼ਰ ਆਇਆ ਉਹਨਾਂ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਭਾਜਪਾ ਨੇ ਉਹਨਾਂ ਨੂੰ ਕਈ ਸਿੱਖ ਸਮੂਹਾਂ ਦੇ ਸਾਂਝੇ ਬਿਆਨ ਦਾ ਹਵਾਲਾ ਦਿੰਦੇ ਹੋਏ ਆਪਣਾ ਬਿਆਨ ਵਾਪਸ ਲੈਣ ਲਈ ਕਿਹਾ ਸੀ ਜਿਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਸ ਬਿਆਨ ਨਿਰਦੇਸ਼ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਇਹ ਸੀ ਤੁਹਾਡੀਆਂ ਅਪਡੇਟਸ ਮੈਨੂੰ ਆਰਸ ਤੋਂ ਦਿੰਦੇ ਜਾਜਤ ਸਤਿ ਸ਼ਕਾਲ